अस्सलाम वालेकुम रहमतुल्लाह जी। दोस्तों की आज जन्मदिन कर रहे हैं, सब ठीक ठाक होंगे। अभी बहन जी तीसरी अच्छा। खराब है ये, खराब एरे वो ही हड्डी फ्लैट दी होएगी, सख्त है यानी कि जोड़ा का भी नहीं ठीक हो गया। ਮਾਸ ਨਜ਼ਰ ਆ ਰਿਹਾ ਇਹ ਲੰਬੀ ਵੀ ਚੱਲੇਗੀ ਤੇ ਫਿਰ ਜ਼ਾਇਆ ਵੀ ਹੋ ਜਾਏਗੀ, ਯਾਨੀ ਕਿ ਕਬੂਤਰ ਲੰਬਾ ਵੀ ਚੱਲਦਾ ਔਰ ਜ਼ਾਇਆ ਵੀ ਹੋ ਜਾਂਦਾ। ਅੱਖ ਦਾ ਫਾਲ, ਅੱਖ ਦੀ ਗ੍ਰਿਪ ਨਹੀਂ ਠੀਕ ਹੈਗੀ। ਇਹ ਵੀ ਕੋਈ ਟੈਡੀ ਮਾਦੀ ਲੱਗਦੀ। ਅੱਛਾ ਇਹ ਵੀ ਮਾਦੀ ਠੀਕ ਹੈ, ਲੇਕਿਨ ਦਰਮਿਆਨੀ ਹੈ। ਮਾਦੀਆਂ ਵੈਸੇ ਸ਼ਾਰਟ ਹੁੰਦੀਆਂ, ਫਿਰ 30 ਨੰਬਰ ਵੀ ਮਿਲ ਜਾਂਦੇ ਨੇ ਮਾਦੀਆਂ ਨੂੰ, ਕਿਉਂਕਿ ਹਰ ਖੁੱਡੇ ਦੇ ਵਿੱਚ ਮਾਦੀਆਂ ਅਕਸਰ ਸ਼ਾਰਟ ਹੁੰਦੀਆਂ। ਦਰਮਿਆਨੀ ਮਾਦੀ ਨੂੰ ਵੀ ਸਾਲ ਹੋਰੀ ਨੰਬਰ ਦੇ ਦਿੰਦੇ ਨੇ, ਚਲੋ ਮਾਦੀਆਂ ਘੱਟ ਹੀ ਗਈਆਂ। ਅੱਛੀ ਨਹੀਂ ਹੈਗੀ ਐਡੀ ਦਰਮਿਆਨੀ ਹੈ, ਲੇਕਿਨ ਅਗਰ ਮਾਦੀਆਂ ਸ਼ਾਰਟ ਹੋਈਆਂ ਤਾਂ ਫਿਰ ਇਹਨੂੰ ਰੱਖ ਲੈਣਾ, ਛੁੱਟੀ ਕਰਾ ਦੇਣਾ। ਕੈਂਚੀ ਨਾਲ ਨਿਸ਼ਾਨੀ ਲਾ ਲਓ, ਇਹਦੀ ਬਗਲ ਦਾ ਪਾਰਟ ਟੁੱਕ ਲਓ। ਹਾਂਜੀ ਹਾਂ, ਨੰਬਰ 1 ਜਿਹੜੀਆਂ ਮਾਦੀਆਂ ਆਈਆਂ ਸਭ ਤੋਂ ਅੱਛੀ ਹੈ ਮਾਦੀ। ਹਾਂ ਮੈਂ ਕਹਿੰਦਾ ਜੀ ਤੁਹਾਡੇ ਹੱਥ 'ਚ ਹੀ ਪਤਾ ਚੱਲ ਰਿਹਾ ਵਾ। ਟੈਡੀ ਮਾਦੀ ਹੈ, ਭਾਈ ਕਲਾਸ ਮਾਦੀ ਹੈ। ਦੇਖੋ ਬੱਚਾ ਉੜਾ ਬੱਚਾ ਇੱਕ ਦੋ ਵਜੇ ਤੱਕ ਉੜਾ। ਪਰਦਾ ਵੀ ਬੜਾ ਸ਼ਾਨਦਾਰ ਸੀ। ਜਿੰਨੇ ਨਰ ਮਾਦੀਆਂ ਦੇ ਆਏ ਨੇ ਸਭ ਤੋਂ ਨੰਬਰ 1 ਹਾਲੇ ਤੱਕ ਜਿੰਨੇ ਵੀ ਇਹਨਾਂ ਦੇ ਪੈਂਦੇ ਸੀ ਦੇਖੇ ਨੇ ਨਾ, ਯਾਨੀ ਘੱਟ ਐਸੇ ਕਬੂਤਰ ਦੇਖੇ ਜੇ ਮਿਲਦੇ ਨੇ। ਟੈਡੀ ਕਬੂਤਰ ਸਭ ਤੋਂ ਅੱਛੀ, ਟੈਡੀ ਕਬੂਤਰ ਹੀ ਹੈ ਸਭ ਤੋਂ ਅੱਛੀ। ਬਾਈ ਮੇਰੇ ਐਸੀ ਇੱਕ ਮਾਦੀ ਵੀ ਨਹੀਂ ਜੈਸੀ, ਨਾ ਕੋਈ ਨਰ ਆਇਆ ਇਸਕੀ ਜੋੜ ਕਾ, ਨਾ ਕੋਈ ਮਾਦੀ। ਨਰ ਬੜੇ ਅੱਛੇ ਆਏ 2-3, ਲੇਕਿਨ ਸਭ ਤੋਂ ਨੰਬਰ 1 ਹੀ ਹੈ ਕਬੂਤਰ। ਐਸੇ ਕਬੂਤਰ ਕਮ ਹੋਤੇ ਹੈ, ਕਭੀ ਕਭੀ ਆਤੇ ਹੈ ਬੰਦੇ ਕੇ ਪਾਸ। ਦੇਖੋ ਟੈਡੀਆਂ, ਜਿਤਨੀ ਮਰਜ਼ੀ ਟੈਡੀ ਬਣਾ ਲਓ, ਇਸੇ ਅਗਰ ਆਪ ਬਣਾਉਣਾ ਚਾਹੋ ਤਾਂ 10,000 ਕਬੂਤਰ ਬਣਾ ਲਓ, ਤਾਂ ਖਤਮ ਹੀ ਹੋਤੇ। ਐਸੀ ਮਾਦੀ ਹੈ ਝਾੜੇ ਪਈ ਹੈ, ਇਹਦਾ ਦੁਮ ਦੁਮ ਵੀ ਬੜੀ ਅੱਛੀ ਹੈ। ਇਹਦੀ ਅੱਖ ਦਾ ਦੁਬਾਰਾ ਸ਼ੋਅ ਕਰੋ, ਸ਼ਾਨਦਾਰ। ਬਾਕੀ ਬਦਨ ਦੀ ਫੀਲਿੰਗ ਦੇ ਸਿਰ ਹੱਥ ਆ ਕੇ ਦੇ ਬਦਨ ਤੇ ਉਹ ਫਿਰ ਆ ਗਿਆ, ਬਹੁਤ ਮਜ਼ੇਦਾਰ। ਹਾਂ ਨਰਾਂ ਦੀ ਨਿਸਬਤ ਮਾਦੀਆਂ ਜ਼ਿਆਦਾ ਅੱਛੀਆਂ ਆ ਰਹੀਆਂ ਨੇ, ਬਹੁਤ ਕੰਮ ਹੁੰਦਾ ਨਹੀਂ ਤਾਂ ਨਰ ਪਸੰਦ ਆ ਜਾਂਦੇ ਨੇ, ਮਾਦੀਆਂ ਪਸੰਦ ਹੀ ਨਹੀਂ ਆਉਂਦੀਆਂ। ਹਾਂਜੀ ਹਾਂਜੀ, ਇਹ ਕਿਹੜੀ ਬਰੀਡ ਦੀ ਕਬੂਤਰੀ ਸਾਰੀ ਕਸੂਰੀ ਲੱਗਦੀ? ਨਹੀਂ ਨਹੀਂ ਕਸੂਰੀ ਨਹੀਂ ਹੈਗੀ, ਇਹ ਜਿਸ ਤਰ੍ਹਾਂ ਲਾਲ ਪਰੀ ਕਬੂਤਰ ਨੇ ਉਸੇ ਸਟਾਈਲ ਦੀ ਡੱਬ ਵਾਲੇ ਦੇ ਕੋਈ ਟੈਡੀ ਕਰਾਸ ਦੇ ਵਿੱਚ ਨਿਕਲੀ ਹੈ। ਹਾਂਜੀ, ਅੱਖ 'ਚ ਹਲਕਾ ਜਿਹਾ ਲਾਲ ਡੋਰ ਹੈ, ਜਿਸ ਤਰ੍ਹਾਂ ਲਾਲ ਪਰੀ ਕਬੂਤਰ ਨੇ ਉਸ ਤਰ੍ਹਾਂ ਨੇ। ਅੱਛਾ ਅੱਛਾ, ਅੱਛੇ ਕਬੂਤਰੀ ਹੈ। ਸ਼ਾਮ ਦਾ ਵਿੱਚ ਉਡਾ ਲਈ ਨਰਮ ਹੈਗੀ। ਕਿੱਥੋਂ ਦੇ?
ਕੋਈ ਦੋਸਤ ਹੈ ਕਿਆ ਬਾਤ ਸਾਹਿਬ ਭਾਈ ਵੀ ਅੱਖ ਦੀ ਵੀ ਸ਼ੈਲਿੰਗ ਦੱਸ ਇਧਰੋਂ ਔਰ ਇਸ ਕਲਰ ਦੇ ਵਿੱਚ ਡੱਬਲ ਇਹ ਸੋ ਦੇਖੋ ਤੇ ਇੱਕ ਚੰਗਾ ਨਜ਼ਰ ਆਉਂਦਾ अज दी माल अज साडी आ फीस हैगी माल मादियां दी अक्सरियत अच्छी आ रही जोड़ा दी शेप दोस्तो ए वाली ठीक होंदी है अगर एथे हो ना थोड़ा जिहा फर्क आ जाए थोड़ा इंज भी हो जाए ठीक है एथे ए शेप ठीक है जदों इंज होने शुरू हो जाते खड़े जोड़ ए शेप खराब हो जाएगी उस आज ए गलत हो जाती बड़ी खूबसूरत है लेकिन अच्छी नहीं है कलरफुल बड़ी है जालदार गुतरी चिट्टी अखा दी देखो बदन की शेप ठीक है लेकिन बड़ी टाइट है गोल हड्डी होना पहली गल है मगर मुलायम और सॉफ्ट होना दूसरी क्वालिटी गोल हड्डी का कूतरा सख्त होगा ना हार्ड होगा गोल लकड़ तरह हड्डी होगी नहीं उड़ता मादी की अच्छी शाहद असगर साहब ते शरगीत सलाम कह रहे हैं और भी दोस्त है जुल्फकार भी ने यूसफ भट्ट साहब ने सारे मेरा वो दोस्त सलाम कह रहे ने बस एन फिर उधर ही पहले जिस्म नु देखदे हो हड्डी नु देखदे हो मादियां ज्यादा ने फिर इन की रख के करना है।